वड्डी गिणती दे विच नौजवानों ने बठिंडा अमृतसर नैशनल हाईवे जाम किया है। दस दिए कि नौजवानों के वलों प्रदर्शन चल रहा है। प्रदर्शनकारियों की पुलिस वालों के नाल जबरदस्त बहस भी हुई है, जिस दिया कुछ वीडियोज़ भी सामने आई हैं। वेखो फिर की हालात बने हैं। ਜਿਹੜਾ ਸਾਡਾ ਰਾਈਟ ਆ ਉਹ ਤੁਸੀਂ ਸਾਨੂੰ ਕਰ ਨਹੀਂ ਦਿੰਦੇ ਤੇ ਜਿਹੜੇ ਤੁਹਾਡੇ ਰਾਈਟ ਨੂੰ ਤੁਸੀਂ ਭੱਜੇ ਹੋਏ ਹੋ ਤੁਸੀਂ ਸਾਨੂੰ ਜਵਾਬ ਦਿਓ। ਜਿਹੜੇ ਕਾਨੂੰਨ ਦੇ ਹਿਸਾਬ ਨਾਲ ਤੁਸੀਂ ਰੋਕ ਰਹੇ ਹੋ ਉਹੀ ਕਾਨੂੰਨ ਕਹਿੰਦੇ ਉਹੀ ਕਾਨੂੰਨ ਤੁਸੀਂ ਉੱਥੇ ਚਿੱਤੇ ਬਾਰੇ ਕਿਉਂ ਨਹੀਂ ਇੰਨਾ ਖੜਾ ਸਾਡਾ ਕਾਨੂੰਨ ਇੰਨਾ ਖੜਾ ਚਿੱਤੇ ਬਾਰੇ ਕਿਉਂ ਨਹੀਂ ਜਾਂਦੇ ਤੁਸੀਂ ਜਦਮਈ ਹੱਕ ਹੈ ਸਾਡਾ ਕਾਰਵਾਈ ਦਾ ਨਹੀਂ ਦੱਸ ਦਿਓ ਜਿੰਨਾ ਤੁਸੀਂ ਕਹਿ ਰਹੇ ਹੋ ਕਹਿਤਾ ਅੱਗੇ ਤੁਸੀਂ ਦਾ ਜਵਾਬ ਦੇ ਦਿਓ ਸਾਨੂੰ ਸਾਡਾ ਇਹੀ ਰੋਕਣ ਦਾ ਕਾਰਨ ਦੱਸੋ ਜਿਹੜੇ ਜਿਹੜਾ ਵੰਡ ਰਹੇ ਅਸੀਂ ਬਣਾ ਰਹੇ ਹਾਂ ਵੰਡ ਲੈ ਵੀ ਅੱਜ ਮਨੁੱਖੀ ਵਿਕਾਸ ਕੱਠਣ ਦਾ प्रशासन ने आपां नूं इत्थे रोक लिया ते आपणा जिहड़ा प्रोटेस्ट आ इत्थे ही उन्नी देर जारी रहूगा। देखो ये जो मार्च रिगार्डिंग असी कुछ नाकाबंदी जी है जिद जो आर्या समाज चौंक मेन हैगा साडा जिहड़े होर मेन पॉइंट्स ने उन्होंने उपर नाकाबंदी असी रखी है। साडा मेन मकसद है भी जो शहर के लॉ एंड ऑर्डर हैगा उन्हों सिचुएशन है उन्होंने पीसफुल रखा जाए तो किसी भी तरह का जो है माहौल खराब करने वाला कोई भी जिहड़ा स्पीच दिंदा जां कोई उदां दा एक्टिविटी करता ਉਹਨੂੰ ਜਿਹੜੀ ਹੈਗੀ ਕੰਟਰੋਲ ਕੀਤਾ ਜਾ ਸਕੇ ਤਾਂ ਕਿ ਕਿਸੇ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈਗੀ ਹੈ ਉਹ ਪ੍ਰੋਬਲਮ ਨਾ ਆਵੇ। ਕਿੰਨੇ ਕੁ ਲੋਕ ਰਾਉਂਡ ਅਪ ਕਰ ਲਏ ਜੇ ਹੁਣ ਤੱਕ ਨਹੀਂ ਅਸੀਂ ਉਹਨਾਂ ਨੂੰ ਸਮਝਾ ਕੇ ਜਿਹੜਾ ਹੈਗਾ ਇੱਥੋਂ ਆਲਮੋਸਟ ਉਹਨਾਂ ਨੂੰ ਦੱਸਤਾ ਵੀ ਤੁਹਾਡੇ ਔਰਗਨਾਈਜ਼ਰ ਜਿਹੜੇ ਹੈਗੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਅਤੇ ਉਹਨਾਂ ਨਾਲ ਤਾਲਮੇਲ ਕਰਵਾ ਕੇ ਜਿਹੜਾ ਹੈਗਾ ਇਹਨੂੰ ਪੀਸਫੁਲ ਤਰੀਕੇ ਨਾਲ ਜਿਹੜਾ ਅਸੀਂ ਰਿਜ਼ੋਲਵ ਕਰ ਲਾਂਗੇ। ਸਰ ਕੁਛ ਲੋਕ ਹਾਊਸ ਅਰੈਸਟ ਵੀ ਕੀਤੇ ਦੇਖੋ ਹਾਊਸ ਅਰੈਸਟ ਬਾਰੇ ਜਿਹੜੀ ਹੈਗੀ ਹੈ ਉਹਨਾਂ ਨਾਲ ਮੇਨ ਸਾਡਾ ਪੁਆਇੰਟ ਹੈਗਾ ਵੀ ਕਿਸੇ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੈ ਜਿਹੜੀ ਆਊਟ ਆਫ ਕੰਟਰੋਲ ਹੋਣ ਤੋਂ ਪਹਿਲਾਂ ਹੀ ਪ੍ਰੀਵੈਂਟਿਵ ਮੈਜ਼ਰ ਜਿਹੜੇ ਹੈਗੇ ਨੇ ਉਹ ਅਸੀਂ ਲਏ ਆ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਕਿਉਂਕਿ ਜਦੋਂ ਕੋਈ ਚੀਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਕਰਨ ਦੀ ਬਜਾਏ ਉਹਨੂੰ ਪਹਿਲਾਂ ਹੀ ਪ੍ਰੀਵੈਂਟਿਵ ਐਕਸ਼ਨ ਦੇ ਤੌਰ 'ਤੇ ਅਸੀਂ ਆਪਣਾ ਜਿਹੜਾ ਹੈਗਾ ਮੈਜ਼ਰ ਲਿਆ ਸੀਗਾ। ਤੁਹਾਨੂੰ ਕਿ ਮਾਹੌਲ ਖਰਾਬ ਹੋ ਸਕਦਾ ਡੈਫੀਨੇਟਲੀ ਕੋਈ ਸਾਡੇ ਕੋਲ ਇਨਪੁੱਟ ਸੀਗੀ ਹੈਗੀ ਹੈ
ਸਪੈਸੀਫਿਕ ਇਨਪੁਟਸ ਇੰਟੈਲੀਜੈਂਸ ਵੱਲੋਂ ਵੀ ਆਈਆਂ ਹੋਈਆਂ ਜਾਂ ਹੋਰ ਵੀ ਜਿਹੜੀ ਸਾਡੀ ਸਪੈਸ਼ਲ ਬ੍ਰਾਂਚ ਹੈ ਉਹਨਾਂ ਵੱਲੋਂ ਕੁਛ ਇਨਪੁਟਸ ਹੈਗੀਆਂ। ਕੋਈ ਸ਼ਰਾਰਤੀ ਬੰਦਾ ਦੇਖੋ ਇੱਦਾਂ ਦੀ ਜਦੋਂ ਐਕਟੀਵਿਟੀ ਕੋਈ ਹੁੰਦੀ ਹੈ ਉਹਦੇ ਵਿੱਚ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਨੇ ਉਹ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਆਸਰਾ ਲੈ ਕੇ ਕਿਸੇ ਦੀ ਗਲਤ ਵਾਰਦਾਤ ਨੂੰ ਅੰਜਾਮ ਦੇ ਸਕਦੇ ਨੇ। ਸੋ ਸਾਡਾ ਮੇਨ ਮਕਸਦ ਹੈਗਾ ਵੀ ਕੋਈ ਸ਼ਰਾਰਤੀ ਬੰਦਾ ਕਿਸੇ ਤਰ੍ਹਾਂ ਗਲਤ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼ ਦਾ ਅਫੀਸ਼ੀਅਲ ਯੂਟਿਊਬ ਚੈਨਲ।